ਸਤਿ ਸ਼੍ਰੀ ਅਕਾਲ ਸਾਥੀਓ, ਇਸ ਟਾਈਮ ਅਸੀਂ ਮੌਜੂਦ ਹਾਂ ਪਿੰਡ ਜੋਧਾ, ਜ਼ਿਲ੍ਹਾ ਲੁਧਿਆਣਾ। ਕੁਝ ਦਿਨ ਪਹਿਲਾਂ ਅਵਤਾਰ ਸਿੰਘ ਗੋਰਾ ਵੱਲੋਂ ਪਿੰਡ ਦੀ ਪੰਚਾਇਤ 'ਤੇ ਅਤੇ ਥਾਣਾ ਜੋਧਾ ਦੇ SHO ਸਾਹਿਬ 'ਤੇ ਦੋਸ਼ ਲਾਏ ਸੀ ਅਤੇ ਉਹਦੇ ਵਿੱਚ ਜੋ ਪਿੰਡ ਦੀ ਜੋਧਾ ਵਾ ਮੌਜੂਦਾ ਪੰਚਾਇਤ ਆ, ਸਾਡੇ ਨਾਲ ਮੌਜੂਦਾ ਸਰਪੰਚ ਨੇ ਸਾਡੇ ਜੋਧਾ ਦੇ, ਉਹ ਆਪਣਾ ਪੱਖ ਦੱਸਣਾ ਚਾਹੁੰਦੇ ਨੇ। ਆਖਰ ਉਹ ਮਸਲਾ ਹੈ ਕੀ ਆ, ਅਵਤਾਰ ਸਿੰਘ ਦੇ ਉੱਤੇ ਜਿਹੜੇ ਦੋਸ਼ ਲੱਗ ਰਹੇ ਨੇ ਵੀ ਪੰਚਾਇਤੀ ਜਿਹੜੀ ਜ਼ਮੀਨ ਆ ਉਹਦੇ ਉੱਤੇ ਉਹਨਾਂ ਨੇ ਨਜਾਇਜ਼ ਕਬਜ਼ਾ ਕਰਕੇ ਕੰਧਾਂ ਵਗੜ ਲਈਆਂ ਅਤੇ ਉਹਦੇ ਉੱਤੇ ਕਬਜ਼ਾ ਕਰ ਲਿਆ, ਅਸਲ ਕਾਰਨ ਹੈ ਕੀ ਆ ਤਾਂ ਜਾਣਦੇ ਹਾਂ ਅਸੀਂ ਸਰਪੰਚ ਸਾਹਿਬ ਤੋਂ ਕੀ ਮਸਲਾ ਉਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਸਾਰੇ ਆਪਣੇ ਭਰਾਵਾਂ ਨੂੰ ਦੱਸਣਾ ਚਾਹੁੰਦਾ, ਜੋ ਕੋਈ ਪਿਛਲੇ ਦਿਨ ਇੱਕ ਮੀਡੀਆ ਦੇ ਉੱਤੇ ਪ੍ਰਚਾਰ ਹੋ ਰਿਹਾ ਸੀ ਵੀ ਪੰਚਾਇਤ ਨੇ ਪਿੰਡ ਦੇ ਵਿੱਚ ਧੱਕਾ ਕੀਤਾ ਹੈ, ਇਹ ਬਿਲਕੁਲ ਸਰਾਸਰ ਗਲਤ ਹੈ, ਕੋਈ ਧੱਕਾ ਨਹੀਂ ਹੋਇਆ। ਮੈਂ ਪਿਛਲੇ 13 ਮਈ ਤੋਂ ਪਿੰਡ ਦੇ ਉੱਤੇ ਪਿਆ ਹਾਂ, ਮੇਰੇ ਸੱਟ ਲੱਗੀ ਹੋਈ ਸੀ ਅਤੇ ਇਸ ਕਰਕੇ ਮੈਂ ਪਿਆ ਸੀ। ਉਸ ਤੋਂ ਬਾਅਦ ਮੈਨੂੰ 25 ਅਗਸਤ ਨੂੰ ਮੈਨੂੰ ਕਰੋਨਾ ਦੀ ਸ਼ਿਕਾਇਤ ਹੋ ਗਈ, ਉਹਦੇ ਵਿੱਚ ਵੀ ਮੈਂ ਬਿਲਡ ਦੇ ਉੱਤੇ ਇਕਾਂਤਵਾਸ ਮੈਨੂੰ ਕਰਤਾ, ਮੈਂ 15 ਦਿਨ ਬਿਲਡ ਦੇ ਉੱਤੇ ਹੀ ਰਿਹਾ ਵਾਂ। ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ 10 ਤਰੀਕ ਤੋਂ ਬਾਅਦ ਵੀ ਅਵਤਾਰ ਸਿੰਘ ਗੋਰੇ ਨੇ ਪੰਚਾਇਤ ਦੀ ਜਗ੍ਹਾ ਦੇ ਉੱਤੇ ਨਜਾਇਜ਼ ਕਬਜ਼ਾ ਕਰ ਲਿਆ। ਉਸ ਟਾਈਮ ਸਾਡਾ ਵੀਡੀਓ ਰੁਪਿੰਦਰ ਕੌਰ ਵੀ ਕਰੋਨਾ ਦੀ ਵਿੱਚ ਸੀਗੇ ਅਤੇ ਸਾਡਾ ਜਿਹੜਾ ਪੰਚਾਇਤ ਸੈਕਟਰੀ ਉਹ ਵੀ ਕਰੋਨਾ ਹੋਇਆ ਸੀ, ਉਹ ਵੀ ਛੁੱਟੀ 'ਤੇ ਸੀਗੇ, ਤਾਂ ਕਿ ਅਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉਹ ਨਾ ਰੋਕੇ, ਤਾਂ ਅਸੀਂ ਪੁਲਿਸ ਵਾਲਿਆਂ ਨੂੰ ਰਿਪੋਰਟ ਕੀਤੀ ਵੀ ਇੱਥੇ ਨਜਾਇਜ਼ ਕਬਜ਼ਾ ਹੋ ਰਿਹਾ ਵਾ, ਇਹ ਬੰਦੇ ਰੋਕਿਆ ਜਾਵੇ। ਪੁਲਿਸ ਵਾਲੇ ਗਏ ਅਤੇ ਉਹਨਾਂ ਨੇ ਜਾ ਕੇ ਉਹਨੂੰ ਰੋਕ ਦਿੱਤਾ ਅਤੇ ਉਸਨੇ ਉਦੋਂ 4 ਦੀਵਾਰੀ ਦੀਆਂ ਕੰਧਾਂ ਕਰ ਲਈਆਂ ਸੀਗੀਆਂ। ਉਸ ਤੋਂ ਬਾਅਦ ਉਹਨੂੰ ਰੋਕਿਆ ਗਿਆ ਅਤੇ ਰੋਕਣ ਦੇ ਬਾਵਜੂਦ ਉਹਨੇ 6-7 ਦਿਨ ਬਾਅਦ ਉਸਨੇ ਉਹਦੇ ਵਿੱਚ ਜਾ ਕੇ ਆਪਦਾ ਸ਼ੈੱਡ ਬਣਾ ਲਿਆ, ਤਾਂ ਕੁਝ ਸਾਨੂੰ ਪਤਾ ਲੱਗਿਆ ਤਾਂ ਅਸੀਂ ਵੀਡੀਓ ਸਾਹਿਬ ਕੋਲ ਅਪਰੋਚ ਕੀਤੀ, ਤਾਂ ਵੀਡੀਓ ਸਾਹਿਬ ਨੇ ਸਾਡਾ ਅਸੀਂ ਮਤਾ ਪਾ ਕੇ ਉਹਦੇ 'ਤੇ ਐਪਲੀਕੇਸ਼ਨ ਲਿਖਾਈ ਅਤੇ ਉਸ ਤੋਂ ਬਾਅਦ ਸਾਨੂੰ ਵੀਡੀਓ ਸਾਹਿਬ ਨੇ ਤਹਿਸੀਲਦਾਰ ਦੇ ਵਿੱਚ ਮਿਣਤੀ ਕਰਨ ਦੀ ਖਾਤਰ ਐਪਲੀਕੇਸ਼ਨ ਲਾ ਕੇ ਆਉਂਦੀ। ਉਸ ਤੋਂ ਬਾਅਦ ਉੱਥੇ ਸਾਡਾ ਕਾਨੂੰਗੋ ਮਿਣਤੀ ਕਰਨ ਜਦ ਆਇਆ, ਉਹਨੇ ਮਿਣਤੀ ਕਰਨੀ ਸ਼ੁਰੂ ਕੀਤੀ ਤਾਂ ਇਹਨਾਂ ਨੇ ਉੱਥੇ ਜਿੰਦਾ ਲਾ ਕੇ ਬੰਦ ਕਰਤਾ, ਤਾਂ ਕਿ ਹੁਣ ਜੋ ਇਹ ਕੰਮ ਹੈਗਾ ਵਾ ਇਹ ਹੁਣ ਤਹਿਸੀਲਦਾਰ ਦੇ ਨਿਗਾਹ 'ਚ ਆ, ਉਹ DC ਸਾਹਿਬ ਤੋਂ ਮਨਜ਼ੂਰੀ ਮਿਲੂਗੀ, ਉਹ ਨਾਲ ਫੋਰਸ ਭੇਜਣਗੇ ਅਤੇ ਦੁਬਾਰਾ ਇਹਨਾਂ ਨੇ ਨਿਸ਼ਾਨਦੇਹੀ ਹੋਣੀ ਆ। ਇਹ ਤਕਰੀਬਨ 7-8 ਜਗ੍ਹਾ ਵਾ ਜਿਹੜੀ ਇਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਵਾ, ਇਹਨਾਂ ਦੀ ਆਪਦੀ ਤਕਰੀਬਨ 5 ਹੀ ਆ ਅਤੇ 7 ਪੰਚਾਇਤ ਦੀ ਆ, ਜਿਹਦੇ ਵਿੱਚ 16.5 ਫੁੱਟ ਦਾ ਰਸਤਾ ਵਾ, ਬਾਕੀ ਪੰਚਾਇਤ ਦੇ ਗੜੇ ਪਏ ਆ, ਉਹਦੀ ਸਾਡੇ ਕੋਲ ਫਰਜ਼ ਹੈਗੀ ਇਸ ਟਾਈਮ 'ਤੇ। ਸਾਰੀ ਜਗ੍ਹਾ ਇਹ ਪੰਚਾਇਤ ਦੀ ਆ, ਹੋਰ ਕੋਈ ਗੱਲਬਾਤ ਨਹੀਂ ਹੋਈ, ਕੁਛ ਨਹੀਂ ਇਹਦੇ ਵਿੱਚ ਹੈਗਾ, ਇਹ ਸਾਰੀਆਂ ਜਿਹੜੇ ਲਾਉਂਦਾ ਝੂਠੇ ਇਲਜ਼ਾਮ ਲਾ ਰਿਹਾ ਵਾ, ਕੋਈ ਕਾਰਵਾਈ ਅਤੇ ਕੋਈ ਗਲਤ ਨਹੀਂ ਹੋਈ ਹੈ ਕਿ ਸਹੀ ਪਰਚਾ ਹੋਇਆ ਵਾ, ਇਹ ਪਰਚਾ ਵੀ ਝੂਠਾ ਦੱਸ ਰਿਹਾ ਵੀ ਝੂਠਾ ਵਾ। ਜੇ ਪੰਚਾਇਤ ਦੀ ਇਹਨੇ ਜ਼ਮੀਨ ਦੱਬੀ ਤਾਂ ਉਸ ਉੱਤੇ ਹੀ ਪਰਚਾ ਹੋਇਆ ਵਾ, ਹੋਰ ਕੋਈ ਨਜਾਇਜ਼ ਪਰਚਾ ਕੋਈ ਨਹੀਂ ਹੋਇਆ ਹੈਗਾ। ਇਹ ਸਾਨੂੰ ਦੱਸ ਦੇਣ ਵੀ ਨਜਾਇਜ਼ ਇਹਨਾਂ ਨੇ ਜ਼ਮੀਨ ਦੱਬੀ ਆ ਕਿ ਨਹੀਂ ਦੱਬੀ ਹੈਗੀ, ਇੰਨੀ ਅਸੀਂ ਗੱਲ ਕਹਿਣੀ ਚਾਹੁੰਦੇ ਹਾਂ। ਸਾਨੂੰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ ਚਾਹੀਦਾ ਵਾ। ਇੱਕ ਜਿਹੜੀ ਇਹ ਜਗ੍ਹਾ ਵਾ ਜੀ, ਉਹ ਨੰਬਰੀ ਆ ਜਾਂ ਡਾਲ ਲੱਗਾ? ਬਿਲਕੁਲ ਨੰਬਰਾਂ ਦੇ ਵਿੱਚ ਆ, ਸਾਡੇ ਕੋਲ ਫਰਦ ਇਸ ਟਾਈਮ ਪਈ ਆ। ਠੀਕ ਹੈ ਜੀ, ਪੰਚਾਇਤ ਕੋਲ? ਪੰਚਾਇਤ ਕੋਲ ਫਰਦ ਹੈਗੀ, ਪੰਚਾਇਤ ਦੇ ਨੰਬਰਾਂ ਦੀ ਜ਼ਮੀਨ ਆ। ਠੀਕ, ਕੋਲ ਕਾਗਜ਼ ਪੱਤਰ ਹੋ? ਅਸੀਂ ਤਾਂ ਪੰਚਾਇਤ ਵਾਲੇ ਇਹ ਵੀ ਕਹਿੰਦੇ ਹਾਂ, ਜੇ ਕੋਈ ਤੁਹਾਡੇ ਕੋਲ ਕਾਗਜ਼ ਪੱਤਰ ਹੈ ਇਹਦੀ ਖਾਤਰ ਤਾਂ ਸਾਨੂੰ ਦਿਖਾ ਦਿਓ, ਨਹੀਂ ਸਾਡੇ ਕੋਲ ਤਾਂ ਨੰਬਰ ਪਏ, ਅਸੀਂ ਤਾਂ ਨੰਬਰ ਸਭ ਨੂੰ ਦਿਖਾ ਤੇ। ਕੋਈ ਪੰਚਾਇਤ ਉਹ ਤਾਂ ਨਜਾਇਜ਼ ਧੱਕਾ ਨਹੀਂ ਕਰਦੀ, ਜੇ ਉਹ ਸਭ ਨੂੰ ਪੰਚਾਇਤ ਇੱਕ ਬਰਾਬਰ ਆ, ਸਾਡੇ ਉਹ ਘਰਾਂ ਦੇ ਵਿੱਚੋਂ ਹੈਗੇ ਜੋ ਹੈਗੇ ਆ। ਠੀਕ, ਓਕੇ। ਹਾਂਜੀ, SSO ਸਾਹਿਬ, ਜਿਹੜਾ ਨਾ ਅਵਤਾਰ ਸਿੰਘ ਗੋਰਾ ਜੋਧਾ ਪਿੰਡ ਤੋਂ ਨੇ, ਉਹ ਆਪਦੀ 'ਤੇ ਦੋਸ਼ ਲਾ ਰਹੇ ਨੇ ਵੀ ਥਾਣੇ ਵਿੱਚ ਮੇਰੀ ਪਗੜੀ ਉਤਾਰੀ ਅਤੇ ਮੈਨੂੰ ਨੰਗਾ ਕਰਕੇ ਕੁੱਟਿਆ ਅਤੇ ਘੰਟੇ ਵਾਲੀ ਬਾਹਰ ਬੰਨ ਕੇ ਰੱਖਿਆ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਇਹਦੇ 'ਚ ਅਵਤਾਰ ਸਿੰਘ ਹੈਗਾ ਜਿਹੜਾ ਜੋਧਾ ਤੋਂ, ਇਹਦੇ ਖਿਲਾਫ਼ ਗ੍ਰਾਮ ਪੰਚਾਇਤ ਜੋਧਾ ਨੇ ਇੱਕ ਸਾਡੇ ਕੋਲ ਦਰਖਾਸਤ ਦਿੱਤੀ ਸੀ ਵੀ ਪਿੰਡ ਦੀ ਪੰਚਾਇਤੀ ਜਗ੍ਹਾ 'ਤੇ ਉਹਨੇ ਇੱਥੇ ਕਬਜ਼ਾ ਕਰਕੇ ਸ਼ੈੱਡ ਵਗੈਰਾ ਪਾ ਲਿਆ, ਜਿਸ ਸੰਬੰਧੀ ਅਸੀਂ ਇਹਨੂੰ ਥਾਣੇ ਬੁਲਾਇਆ ਸੀਗਾ। ਥਾਣੇ ਬੁਲਾ ਕੇ ਇਹਨੂੰ ਸਮਝਾਇਆ ਸੀ ਭਾਈ ਇਹ ਪੰਚਾਇਤ ਦੀ ਜਗ੍ਹਾ 'ਤੇ ਕਬਜ਼ਾ ਨਾ ਕਰੋ, ਪਰ ਇਹ ਉਸਦੇ ਬਾਵਜੂਦ ਨਹੀਂ ਹਟਿਆ, ਜਿਹਦੇ ਖਿਲਾਫ਼ ਇਹਦੇ ਮੁਕੱਦਮਾ ਨੰਬਰ 88 ਅਸੀਂ ਆਪਣੇ ਦਰਜ ਕੀਤਾ, 18-9 ਨੂੰ ਦਰਜ ਕਰਕੇ ਇਹਨਾਂ ਨੂੰ 25 ਨੂੰ ਅਸੀਂ ਮੁਕੱਦਮੇ 'ਚ ਅਰੈਸਟ ਕਰਕੇ ਬਰਜਮਾਨ ਰਿਹਾ ਕੀਤਾ ਗਿਆ। ਪਰ ਇਹ ਪੰਚਾਇਤ ਨੂੰ ਧਮਕੀਆਂ ਦਿੰਦਾ ਸੀ, ਜਿਸ ਕਰਕੇ ਇਹਦੇ ਖਿਲਾਫ਼ ਅਸੀਂ ਪ੍ਰਿਵੈਂਟਿਵ ਐਕਸ਼ਨ ਕਰਕੇ ਅਗਲੇ ਦਿਨ ਕੋਰਟ 'ਚ ਪੇਸ਼ ਕੀਤਾ ਗਿਆ ਇਹਨੂੰ, ਜੋ ਇਹ ਦੋਸ਼ ਲਾ ਰਿਹਾ ਨੰਗਾ ਕਰਕੇ, ਇੱਦਾਂ ਦੀ ਕੋਈ ਗੱਲ, ਬਿਲਕੁਲ ਸਾਰੇ ਦੋਸ਼ ਝੂਠੇ ਲਗਾ ਰਿਹਾ। ਇਸ ਸੰਬੰਧੀ ਇਹਨੂੰ ਕਿਸੇ ਨੇ ਵੀ ਥਾਣੇ ਵਿੱਚ ਜਾਂ ਕਿਸੇ ਮੁਲਾਜ਼ਮ ਨੇ ਕੋਈ ਵੀ ਇਹਦੇ ਨਾਲ ਕੋਈ ਕੁੱਟਮਾਰ ਜਾਂ ਕੋਈ ਨੰਗਾ ਕਰਨ ਵਾਲੀ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ, ਬਿਲਕੁਲ ਝੂਠ ਅਤੇ ਬੇਬੁਨਿਆਦ ਦੋਸ਼ ਲਾ ਰਿਹਾ ਹੈ।